ਰਾਹੋ ਮੇਰੀ ਬੈਕ ਸਾਈਡ ਤੇ ਲੱਗੀ ਹੋਈ ਫਸਲ ਤੁਸੀਂ ਮੱਕੀ ਦੀ ਦੇਖ ਰਹੇ ਹੋ ਇਹ ਸਾਈਲੇਜ ਵਾਲੀ ਮੱਕੀ ਹੈ ਕਿਸੇ ਵੀ ਤਰੀਕੇ ਦੀ ਮੱਕੀ ਲੱਗੇ ਹੋਵੇ ਭਾਵੇਂ ਪਸ਼ੂਆਂ ਦੇ ਵੈਸੇ ਹਰੇ ਚਾਰੇ ਵਾਲੀ ਮੱਕੀ ਹੋਵੇ ਜਾਂ ਸਾਈਲੇਜ ਵਾਲੀ ਮੱਕੀ ਹੋਵੇ ਜਾਂ ਪ੍ਰੋਡਕਸ਼ਨ ਦੇਣੀ ਆ ਆਪਾਂ ਪ੍ਰੋਡਕਸ਼ਨ ਲੈਣੀ ਹੈਗੀ ਮੱਕੀ ਤੋਂ ਪਕਾਵੀਂ ਮੱਕੀ ਰੱਖੀ ਹੋਈ ਆ ਤਾਂ ਸੁੰਡੀਆਂ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਸ਼ੁਰੂਆਤ ਦੇ ਵਿੱਚ ਵੀ ਸੁੰਡੀਆਂ ਆਪਾਂ ਨੂੰ ਕੰਟਰੋਲ ਕਰਨੀਆਂ ਪੈਂਦੀਆਂ ਨਹੀਂ ਤਾਂ ਗਰੋਥ ਨਹੀਂ ਹੁੰਦੀ ਇਹਨੇ ਇੱਕੋ ਹੀ ਬੂਟਾ ਬਣਾਉਣਾ ਹੁੰਦਾ ਪਰ ਜਦੋਂ ਬੂਟਾ ਵੱਡਾ ਹੋ ਜਾਂਦਾ ਤੇ ਉਦੋਂ ਆਪਾਂ ਨੂੰ ਸਪਰੇਅ ਕਰਨੀ ਔਖੀ ਹੋ ਜਾਂਦੀ ਹੈ ਜਾਂ ਨਾਰਮਲ ਸਪਰੇਹਾਂ ਦੇ ਨਾਲ ਰਿਜ਼ਲਟ ਹੀ ਨਹੀਂ ਆਉਂਦਾ ਹੈਗਾ ਜਾਂ ਆਪਾਂ ਨੂੰ ਕੁਝ ਸਪਰੇਹਾਂ ਇਹੇ ਤਰੀਕੇ ਦੇ ਨਾਲ ਆਈਆਂ ਚੂਜ਼ ਕਰਨੀਆਂ ਪੈਂਦੀਆਂ ਹੈਗੀਆਂ ਕਿ ਆਪਣੇ ਬਣਾਏ ਹੋਏ ਸਾਈਲੇਜ ਦੇ ਵਿੱਚ ਟੌਕਸਿਸਿਟੀ ਨਹੀਂ ਜਾਣੀ ਚਾਹੀਦੀ ਗ੍ਰੀਨ ਲੇਬਲ ਸਪਰੇਹਾਂ ਹੋਣੀਆਂ ਚਾਹੀਦੀਆਂ ਤੇ ਕੰਮ ਆਪਣਾ ਇੱਕੋ ਹੀ ਸਪਰੇ ਨਾਲ ਨਿਬੜ ਜਾਣਾ ਚਾਹੀਦਾ ਕਿਉਂਕਿ ਇਸ ਸਟੇ ਇਤੇ ਜਾ ਕੇ ਉਹ ਸਪਰੇਹਾਂ ਨੂੰ ਆਪਾਂ ਨੂੰ ਪਹਿਲ ਦੇਣੀ ਪੈਂਦੀ ਹੈ ਜਿਹਦਾ ਰਿਜ਼ਲਟ ਲੰਮਾ ਤੇ ਛੋਟੀਆਂ ਵੱਡੀਆਂ ਸਾਰੀਆਂ ਸੁੰਡੀਆਂ ਨੂੰ ਸਾਹਮ ਲੈਦੀ ਆ ਭਾਵੇਂ ਤਮਾਕੂ ਸੁੰਡੀ ਆ ਫਾਲ ਆਰਮੀ ਵਾਰ ਮੈਂ ਪੱਤੇ ਖਾਂਦੀ ਆ ਛੱਲੀ ਖਾਂਦੀ ਆ ਜਾਂ ਇਹਦਾ ਅੰਦਰਲਾ ਜਾ ਕੇ ਸਟੈਮ ਖਾਂਦੀ ਆ ਪਰ ਮੈਂ ਤੁਹਾਨੂੰ ਇੱਥੇ ਸੁੰਡੀਆਂ ਦੀ ਬਹੁਤ ਹੀ ਘੱਟ ਮਾਤਰਾ ਆਪਾਂ ਨੂੰ ਦੇਖਣ ਨੂੰ ਮਿਲੀ ਆ ਕਿਉਂਕਿ ਮੱਕੀ ਹੁਣ ਮੈਚੂਰ ਹੋ ਚੁੱਕੀ ਆ ਤੇ ਆਪਾਂ ਇਹਦੇ ਵਿੱਚ ਇੱਕ ਤਜਰਬਾ ਕੀਤਾ ਸੀ ਉਹ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਡੈਲੀਗੇਟ ਦੇ ਵਿੱਚ ਸਪਰੇਅ ਕੀਤਾ ਗਿਆ ਸੀਗਾ ਜਿਹੜੀ ਆਮ ਸਿਫਾਰਿਸ਼ ਆ ਉਹ 15 ਦਿਨ ਤੇ ਆ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਦਿਖਾਈ ਦੇਵੇ 20-25 ਦਿਨ ਤੇ ਦੁਬਾਰਾ ਦੇ ਕੀਤੀ ਜਾ ਸਕਦੀ ਆ ਪਰ ਆਪਾਂ ਲੋਡ ਪੈਣ ਤੇ ਇਹੀ ਚੀਜ਼ ਯੂਜ਼ ਕਰਦੇ ਹੈਗੇ ਆ ਇਸ ਸਮੇ ਮੱਕੀ ਦੀ ਛੱਲੀ ਬਾਨੀ ਸ਼ੁਰੂ ਹੋ ਚੁੱਕੀ ਆ ਇੱਕ ਕਿਟਾੜੇ ਨੂੰ ਦੋ ਦੋ ਛੱਲੀਆਂ ਵੀ ਹੈਗੀਆਂ ਜੇਕਰ ਇਸ ਦੀ ਪ੍ਰੋਡਕਸ਼ਨ ਮੈਂਟੇਨ ਕਰਨੀ ਆ ਤਾਂ ਇਹਦੇ ਵਾਰਮ ਨੂੰ ਆਪਾਂ ਨੂੰ ਕੰਟਰੋਲ ਕਰਨੀ ਪੈਣੀ ਆ। ਸੁੰਡੀਆਂ ਨੂੰ ਮਾਰਨਾ ਹੀ ਪੈਣਾ ਹੈਗਾ। ਸੁੰਡੀਆਂ ਨੂੰ ਗ੍ਰੀਨ ਕੈਮਿਸਟਰੀ ਦੇ ਨਾਲ ਕੰਟਰੋਲ ਕੀਤਾ ਜਾਵੇ ਤਾਂ ਜਿਹੜੀ ਆਪਣੇ ਇਹ ਤੋਂ ਸਾਈਲੇਜ ਬਣਾਣਾ ਜਾਂ ਇਹਦੀ ਪ੍ਰੋਡਕਸ਼ਨ ਆਉਣੀ ਹੈਗੀ ਦਾਣੇ ਤੁਸੀਂ ਡਰਾਈ ਕਰਕੇ ਮਾਰਕੀਟ ਦੇ ਵਿੱਚ ਵੇਚਨੇ ਆ ਤਾਂ ਉਹਦੇ ਵਿੱਚ ਝਾੜ ਦੇ ਵਿੱਚ ਗੁਣਵੱਤਾ ਦੇ ਝਾੜ ਦੇ ਵਿੱਚ ਵਾਧਾ ਹੋ ਸਕਦਾ ਹੈਗਾ। ਉਸੇ ਤਰੀਕੇ ਨਾਲ ਇਹ ਤਜਰਬਾ ਲੋਕਾਂ ਨਾਲ ਮੈਂ ਸਾਂਝਾ ਕਰ ਰਿਹਾ ਕਿ ਇਸ ਸਪਰੇ ਦਾ ਰਿਜ਼ਲਟ ਵਧੀਆ ਆਉਂਦਾ। ਇਹਨੂੰ ਕਰਨ ਦੇ ਨਾਲ ਜੇ ਬਾਅਦ ਚ 20:00 ਤਾਂ ਵੀ ਕੋਈ ਚੱਕਰ ਨਹੀਂ ਇਹਦੇ ਨਾਲ ਪੈਸੀਸਾਈਡ ਕੋਈ ਨਹੀਂ ਮਿਕਸ ਕਰਨੀ ਸਪਾਇਨੋਟੋਰਮ ਇਹਦਾ ਟੈਕਨੀਕਲ ਆ ਰეკਮੈਂਡੇਸ਼ਨ ਡੋਜ ਵੀ ਤੋਂ ਅਸੀਂ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਇਹਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇੱਕੋ ਹੀ ਆ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਨ ਦੇ ਵਿੱਚ ਦੇਰੀ ਕਰ ਲੈਂਦੇ ਹੋ ਤਾਂ ਰਿਸਕ ਵੱਧ ਜਾਂਦੀ ਆ ਰਿਸਕ ਹਮੇਸ਼ਾ ਖੂ ਹੁੰਦੀ ਆ ਖੂ ਦੇ ਵਿੱਚ ਤੁਸੀਂ ਆਪਦੀ ਮਿਹਨਤ ਵੀ ਪਾਉਣੀ ਆ ਆਪਦੇ ਪੈਸੇ ਵੀ ਪਾਉਣੇ ਆ ਤੇ ਉਹ ਵੇਸਟੇਜ ਚਲੇ ਜਾਂਦੇ ਆ ਤੁਹਾਡੇ ਝਾੜ ਦੇ ਵਿੱਚ ਵਾਦਾ ਨਹੀਂ ਹੁੰਦਾ ਪਰਾ ਮੱਕੀ ਦੀ ਇਸ ਸਟੇਜ ਦੇ ਵਿੱਚ ਜੇਕਰ ਕੋਈ ਵੀ ਸੁੰਡੀ ਦਿਖਾਈ ਦਿੰਦੀ ਆ ਫੌਲ ਆਰਮੀ ਵਾਰਮ ਆ ਜਾਂ ਤਮਾਕੂ ਸੁੰਡੀ ਆ ਤਾਂ ਆਮ ਸਪਰੇਹਾਂ ਦੇ ਨਾਲ ਕੰਟਰੋਲ ਨਹੀਂ ਹੁੰਦੀ ਪਰ ਇਸ ਦੀ ਰეკਮੈਂਡੇਸ਼ਨ ਡੋਜ ਦੇ ਨਾਲ ਹੀ ਜਿੱਥੇ ਛੋਟੀ ਸੁੰਡੀ ਕੰਟਰੋਲ ਹੁੰਦੀ ਆ ਉੱਥੇ ਵੱਡੀ ਸੁੰਡੀ ਨੂੰ ਬਹੁਤ ਜ਼ਿਆਦਾ ਕੰਟਰੋਲ 24 ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਸਪਰੇਅ ਕਰਨ ਤੋਂ ਬਾਅਦ ਫਸਲ ਥੋੜੀ ਹਰੀ ਭਰੀ ਵੀ ਨਜ਼ਰ ਆਉਂਦੀ ਆ ਉਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਇਨਕਰੀਜ਼ ਹੁੰਦੀ ਆ ਵਾਟਰ ਰੈਜ਼ਿਸਟੈਂਟ ਆ ਰੇਨ ਰੈਜ਼ਿਸਟੈਂਟ ਆ ਕਿ ਇਹਨੂੰ ਆਪਾਂ ਜੇ ਖੁਸ਼ਕੀ ਦੇ ਵਿੱਚ ਵੀ ਸਪਰੇਅ ਕਰ ਦਗੇ ਤਾਂ ਰਿਜ਼ਲਟ ਕੋਈ ਜ਼ਿਆਦਾ ਘੱਟ ਨਹੀਂ ਆਉਂਦਾ ਵਧੀਆ ਰਿਜ਼ਲਟ ਆਉਂਦਾ ਹੈਗਾ ਜਿਹੜੀ ਆਮ ਆਪਾਂ ਨੂੰ ਰეკਮੈਂਡੇਸ਼ਨਾਂ ਪ੍ਰਾਣੀਆਂ ਸੀਗੀਆਂ ਕਿ ਮੱਕੀ ਨੂੰ ਪਹਿਲਾਂ ਪਾਣੀ ਲਾਓ ਗਿੱਲਾ ਹੋਣਾ ਚਾਹੀਦਾ ਫਿਰ ਸਪਰੇਅ ਐਦਾਂ ਦਾ ਕੋਈ ਵੀ ਚੱਕਰ ਨਹੀਂ ਹੈਗਾ ਬਸ ਇਹਦੇ ਨਾਲ ਕੋਈ ਵੀ ਹੋਰ ਕੈਮੀਕਲ ਪੈਸਿਸਾਈਡ ਤੁਸੀਂ ਮਿਕਸ ਨਹੀਂ ਕਰਨੀ ਹੈਗੀ ਕਿਉਂਕਿ ਕਿਸਾਨਾਂ ਦਾ ਆਮ ਰੁਝੇਨ ਰੁਝਾਵ ਹੁੰਦਾ ਕਿ ਐਨਪੀਕੇ ਮਿਕਸ ਕਰ ਲਿਆ ਕੋਈ ਹੋਰ ਸਪਰੇਹਾਂ ਨੂੰ ਤਰਜੀਹ ਦਿੰਦੇ ਆ ਪਰ ਜਿਹੜੀਆਂ ਸੁੰਢੀ ਮਾਰ ਸਪਰੇਹਾਂ ਨੇ ਗ੍ਰੀਨ ਕੈਮਿਸਟਰੀ ਦੀਆਂ ਸਪੈਸ਼ਲੀ ਸਪਰੇਹਾਂ ਨੇ ਉਹਨਾਂ ਦਾ ਲੰਬਾ ਕੰਟਰੋਲ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਯਾਰ ਵੀ ਰਹੀਂ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਸਮੱਸਿਆਵਾਂ ਤੁਹਾਡੀਆਂ ਵਧਣੀਆਂ ਇੱਕ ਵਾਰ ਛੱਲੀ ਲੱਗਣ ਤੋਂ ਬਾਅਦ ਜੇਕਰ ਉਹਦੇ ਅੰਦਰ ਇਹਦੇ ਆਂਡੇ ਚਲੇ ਗਏ ਛੱਲੀ ਪਕਾਦੇ ਸਮੇਂ ਸੁੰਡੀ ਨੇ ਇਹਦੇ ਵਿੱਚ ਹਮਲਾ ਕਰ ਦਿੱਤਾ ਤਾਂ ਤੁਹਾਡੇ ਦਾਣਿਆਂ ਦੀ ਗੁਣਵੱਤਾ ਕੋਈ ਜ਼ਿਆਦਾ ਵਧੀਆ ਨਹੀਂ ਹੋਏਗੀ ਕੁਆਲਿਟੀ ਕੰਟਰੋਲ ਤੁਹਾਡਾ ਘਟ ਹੋ ਜਾਏਗਾ ਪ੍ਰੋਡਕਸ਼ਨ ਵੀ ਘਟੇਗੀ ਇੰਨਾ ਹੀ ਪੁਆਇੰਟਸ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਆਪਣੇ ਖੇਤ ਦੀ ਜਜਮੈਂਟ ਕਰਦੇ ਰਹਿਣਾ ਐਸੇ ਫਾਰਮੂਲੇਸ਼ਨ ਇਸ ਟੈਕਨੀਕਲ ਦੀ ਹੈਗੀ ਆ ਜਿਹੜੀ ਕਿ ਨਾਈਟrogen ਬੇਸਡ ਆ ਬਹੁਤ ਜਿਆਦਾ ਵਧੀਆ ਟੈਕਨੀਕਲ ਤਰੀਕੇ ਦੇ ਨਾਲ ਜਿਆਦਾ ਸਮਝਣ ਦੇ ਲਈ ਤੁਸੀਂ ਸਕਰੀਨ ਤੇ ਦਿੱਤਾ ਹੋਇਆ ਇਹਦਾ ਟੈਕਨੀਕਲ ਫਾਰਮੂਲਾ ਵੀ ਦੇਖ ਸਕਦੇ ਹੋ ਪਰ ਅਸਲ ਦੇ ਵਿੱਚ ਕੀ ਹੈ ਕਿ ਫਾਰਮਰ ਨੂੰ ਰਿਜ਼ਲਟ ਚਾਹੀਦਾ ਤੇ ਰਿਜ਼ਲਟ ਲੈਣ ਦੇ ਲਈ ਤੁਹਾਨੂੰ ਸਹੀ ਸਮੇਂ ਤੇ ਸਪਰੇਅ ਕਰਨਾ ਪਵੇਗਾ ਨਹੀਂ ਤੇ ਤੁਹਾਡੇ ਹੋਰ ਸਪਰੇਅਾਂ ਦੇ ਨਾਲ ਤੁਹਾਡੀ ਮਿਹਨਤ ਵੀ ਵਧੇਗੀ ਤੇ ਰਿਜ਼ਲਟ ਘਟ ਆਉਣਗੇ ਪਰ ਜਿਹੜੀ ਇਸ ਸਟੇਜ ਤੇ ਜਾ ਕੇ ਮੱਕੀ ਦੇ ਵਿੱਚ ਆਮ ਆਪਾਂ ਨੂੰ ਰਿਸਕ ਹੰਡਾਉਣੀ ਪੈਂਦੀ ਆ ਉਹਨੂੰ ਪਹਿਲਾਂ ਹੀ ਤੁਸੀਂ ਘੱਟ ਕਰ ਸਕਦੇ ਹੋ ਮੱਕੀ ਦੇ ਵਿੱਚ ਵਧੀਆ ਝਾੜ ਲੈਣ ਦੇ ਲਈ ਚੰਗਾ ਸਾਈਲੇਜ ਬਣਦੇ ਲਈ ਤੁਸੀਂ ਇਹਨਾਂ ਵਰਸ ਨੂੰ ਕੰਟਰੋਲ ਕਰਨ ਦੇ ਲਈ ਇਹ ਗ੍ਰੀਨ ਕੈਮਿਸਟਰੀ ਦੇ ਜਿਹੜੀ ਅਵਾਰਡ Winner ਹੈ ਯੂ ਐਸ ਏ ਤੋਂ ਅਵਾਰਡ Winner ਇਸ ਟੈਕਨੀਕਲ ਨੂੰ ਤੁਸੀਂ ਸਪਰੇਅ ਕਰ ਸਕਦੇ ਹੋ ਰეკਮੈਂਡੇਸ਼ਨ ਡੋਜ਼ ਵਰਤ ਕੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੰਬੇ ਸਮੇਂ ਤੱਕ ਸੁੰਡੀਆਂ ਤੋਂ ਕੰਟਰੋਲ ਮਿਲਦਾ ਹੈ ਚਿਰਚਾਂ ਦੇ ਵਿੱਚ ਨਰਮੇ ਦੇ ਵਿੱਚ ਥ੍ਰਿਪਸ ਦਾ ਅਟੈਕ ਹੁੰਦਾ ਉਹਨਾਂ ਤੋਂ ਸਭ ਤੋਂ ਵੱਧ ਰਿਜ਼ਲਟ ਇਸੇ ਹੀ ਸਪਰੇਅ ਦਾ ਆਉਂਦਾ ਹੈ ਭਾਵੇਂ ਥੋੜੀ ਮਹਿੰਗੀ ਹੋ ਸਕਦੀ ਹੈ ਪਰ ਆਉਣ ਵਾਲੀਆਂ ਕੈਮਿਸਟਰੀਆਂ ਜਿਨ੍ਹਾਂ ਦੇ ਵਿੱਚ ਗ੍ਰੀਨ ਕੈਮਿਸਟਰੀ ਕਿ ਇਹ ਹਿਊਮਨ ਬਾਡੀ ਨੂੰ ਐਨੀਮਲ ਨੂੰ ਕੋਈ ਨੁਕਸਾਨ ਨਹੀਂ ਕਰਦੀ ਹੈਗੀ ਕਿਸਾਨਾਂ ਦੇ ਤਜਰਬੇ ਅਤੇ ਆਉਣ ਵਾਲੀਆਂ ਵੀਡੀਓ ਤੁਸੀਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਕਲਿੱਕ ਕਰ ਸਕਦੇ ਹੋ ਇੰਸਟਾਗ੍ਰam YouTube Facebook ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹਿ ਸਕਦੇ ਹੋ ਸਾਰੀਆਂ ਵੀਡੀਓ ਤੁਹਾਨੂੰ ਤੁਹਾਡੇ ਫੋਨ ਤੇ ਫ੍ਰੀ ਦੇਖਣ ਨੂੰ ਮਿਲਦੀਆਂ ਰਹਣਗੀਆਂ